ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਸਾਨਾਂ ਦੇ ਨਾਲ ਮਿਲ ਕੇ ਕੱਢੀ ਟਰੈਕਟਰ ਰੈਲੀ। ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕੀ ਕਿਹਾ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਇੱਦਾਂ ਦਾ ਮਹਿਸੂਸ ਹੋ ਰਿਹਾ ਦੇਸ਼ ਦੇ ਅੰਦਰ ਰਹਿ ਕੇ ਵੀ ਸ਼ਾਇਦ ਅਸੀਂ ਬੇਗਾਨੇ ਥਾਂ ਬੇਗਾਨੇ ਹੋ ਗਏ ਹਾਂ ਜਾਂ ਅਸੀਂ ਕਿਤੇ ਬੇਗਾਨੀ ਥਾਂ 'ਤੇ ਰਹਿ ਰਹੇ ਹਾਂ। ਅਸੀਂ ਸਾਡਾ ਆਪਣਾ ਦੇਸ਼ ਹੋਵੇ ਜਿਹਦੇ ਵਿੱਚ ਬੜੀਆਂ ਵੱਡੀਆਂ ਕੁਰਬਾਨੀਆਂ ਖਾਸ ਕਰਕੇ ਜਿਹੜਾ ਪੰਜਾਬੀਆਂ ਦੀਆਂ ਜਿਹੜੀਆਂ ਹੈਗੀਆਂ, ਤਾਂ ਅੱਜ ਤੁਸੀਂ ਦੇਖੋ ਕਿ ਜੇ ਆਪਣੀਆਂ ਡਿਮਾਂਡਸ ਦੇ ਵਾਸਤੇ ਆਪਣੀਆਂ ਹੱਕੀ ਮੰਗਾਂ ਦੇ ਖਾਤਰ ਜੇ ਕੋਈ ਆਵਾਜ਼ ਬੁਲੰਦ ਕਰਦੇ ਤਾਂ ਉਹਨਾਂ ਨੂੰ ਗੋਲੀਆਂ ਮਾਰ ਮਾਰ ਕੇ ਮਾਰਿਆ ਜਾਂਦਾ। ਤੁਸੀਂ ਯਕੀਨ ਮੰਨੋ, ਆਹ ਜਿਹੜਾ ਸਾਡਾ ਸ਼ੰਭੂ ਬਾਰਡਰ ਆ, ਸ਼ੰਭੂ ਬਾਰਡਰ 'ਤੇ ਜਿਹੜੀ ਫਾਇਰਿੰਗ ਹੋਈ ਆ, ਜਿੰਨੇ ਕਿਸਾਨ ਵੀਰ ਜਿਹੜੇ ਜ਼ਖਮੀ ਹੋਏ ਆ, ਉਹ ਰਾਜਪੁਰਾ ਦੇ ਏਪੀ ਜੈਨ ਹੋਸਪਿਟਲ ਦੇ ਅੰਦਰ ਆਏ ਆ। ਤਾਂ ਲਗਭਗ 225 ਦੀ ਬਿਲਕੁਲ ਮਤਲਬ ਕਿ ਲਿਸਟ ਆ ਉੱਥੇ ਜਿਹੜੇ ਜਿਹੜੇ ਜ਼ਖਮੀ ਹੋਏ ਆ ਕਿਸਾਨ। ਔਰ ਤੁਸੀਂ ਦੇਖੋ ਸਿੱਧੇ ਗਨ ਸ਼ੋਟ ਹੋਏ ਪਏ ਆ ਅਤੇ 12 ਬੋਰ ਦੀਆਂ ਰਫਲਾਂ ਦੇ ਨਾਲ ਸਿੱਧੀ ਮਤਲਬ ਕਹਿਣ ਦਾ ਵੀ ਫਾਇਰਿੰਗ ਜਿਹੜੀ ਹੋਈ ਵੀ ਆ, ਜ਼ਖਮੀ ਹੋਏ ਪਿਆ ਅਤੇ ਜਿਹੜੇ ਅੱਥਰੂ ਗੈਸ ਛੱਡੀ ਗਈ ਆ ਉਹਦੇ ਵਿੱਚ ਐਸਾ ਕੈਮੀਕਲ ਜਿਹੜਾ ਪਾਇਆ ਗਿਆ ਜਿਹਦੇ ਨਾਲ ਬਹੁਤ ਦੀਆਂ ਅੱਖਾਂ ਖਰਾਬ ਹੋ ਗਈਆਂ, ਕੰਨ ਦਾ ਤੋਂ ਸੁਣਨਾ ਬੰਦ ਹੋ ਗਿਆ। ਮਤਲਬ ਮੈਂ ਇਹ ਕਹਿ ਸਕਦਾ ਵੀ ਹੈਂਡੀਕੈਪ ਕਰਤਾ ਫਾਰਮਰ ਤੋਂ। ਅੱਜ ਦੁੱਖ ਹੈ, ਅਸੀਂ ਸਾਡੀ ਜਿਹੜੀ ਆਰਥਿਕਤਾ ਹੈ ਉਹ ਕਿਸਾਨੀ 'ਤੇ ਨਿਰਭਰ ਆ। ਜੇ ਅੱਜ ਕੋਈ ਦੁਕਾਨਦਾਰ ਆ ਤਾਂ ਹੀ ਉਹ ਬਚੇਗਾ ਜੇ ਕਿਸਾਨ ਬਚੇਗਾ, ਜੇ ਕੋਈ ਸ਼ੈਲਰ ਮਾਲਕ ਹੈ ਉਹ ਤਾਂ ਹੀ ਬਚੇਗਾ ਜੇ ਕਿਸਾਨ ਬਚੇਗਾ, ਅਤੇ ਜਾਂ ਕੋਈ ਆੜ੍ਹਤੀ ਵੀਰ ਆ ਉਹਦਾ ਵੀ ਕਾਰੋਬਾਰ ਤਾਂ ਚੱਲੇਗਾ ਜੇ ਕਿਸਾਨ ਬਚੇਗਾ। ਤਾਂ ਇਹ ਸਾਰੀ ਆਰਥਿਕਤਾ ਜਿਹੜੀ ਹੈਗੀ ਆ ਉਹ ਪੰਜਾਬ ਦੀ, ਦੇਸ਼ ਦੀ ਜਿਹੜੀ ਹੈਗੀ ਆ ਉਹ ਖੇਤੀ 'ਤੇ। ਤੁਸੀਂ ਇੱਕ ਦੇਖੋ, ਤੁਸੀਂ ਜਦੋਂ ਇੱਥੇ ਪਿੱਛੇ ਕੋਵਿਡ ਦੇ ਦੌਰਾਨ ਇਕੱਲਾ ਜੇ ਖੇਤੀ ਲਾਹੇਵੰਦ ਮਤਲਬ ਕਹਿਣ ਦਾ ਵੀ ਕੀਤੀ ਹੁੰਦੀ ਇਹਨਾਂ ਨੇ, ਤਾਂ ਜਿੰਨਾ ਵੀ ਨੁਕਸਾਨ, ਵੈਸੇ ਪੂਰੇ ਵਰਲਡ 'ਚ ਨੁਕਸਾਨ ਹੋਇਆ, ਸਿਰਫ ਮਤਲਬ ਕਹਿਣ ਦਾ ਵੀ ਖੇਤੀ ਪ੍ਰਧਾਨ ਕੰਟਰੀ ਹੋਣ ਕਰਕੇ ਜਿਹੜਾ ਹਿੰਦੁਸਤਾਨ ਸੀ ਉਹ ਬਚਿਆ, ਇੱਦਾਂ ਹੀ ਜਿਹੜਾ ਪੰਜਾਬ ਦੇ ਲੋਕ ਸੀ ਜਿਹੜੇ ਬਚ ਪਾਏ। ਸੋ ਅੱਜ ਇਹ ਕਿਸਾਨੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ। ਤੋ ਅਸੀਂ ਸਾਰੇ ਹੀ ਕਿਸਾਨਾਂ ਦੇ ਬੱਚੇ ਹਾਂ, ਜੇ ਕੋਈ ਵੀ ਆ ਜਿਹੜਾ ਕਾਰੋਬਾਰ ਕਰਦਾ ਜਾਂਦਾ, ਤਾਂ ਅੱਜ ਸਾਰਿਆਂ ਨੂੰ ਤਕਲੀਫ ਹੈ ਇਸ ਗੱਲ ਦੀ ਕਿ ਸਾਨੂੰ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਖੜ੍ਹਨਾ ਚਾਹੀਦਾ। ਸੋ ਅੱਜ ਪ੍ਰਦੇਸ਼, ਵੈਸੇ ਤਾਂ ਅਸੀਂ ਪਹਿਲਾਂ ਹੀ ਦੇਖੋ ਜਿਸ ਦਿਨ 16 ਤਰੀਕ ਦੀ ਬੰਦ ਦੀ ਕਾਲ ਸੀ, ਅਸੀਂ ਬੀਜੇਪੀ ਦੇ ਦਫ਼ਤਰ ਦਾ, ਹਰਿਆਣਾ ਬੀਜੇਪੀ ਦੇ ਦਫ਼ਤਰ ਦਾ ਘਿਰਾਅ ਕੀਤਾ, ਸਾਨੂੰ ਪੁਲਿਸ ਨੇ ਫੜ ਕੇ ਅਰੈਸਟ ਵੀ ਕੀਤਾ, ਉੱਥੇ ਸਾਰਾ ਦਿਨ ਬੰਦ ਕਰਕੇ ਰੱਖਿਆ। ਉਹ ਤੋਂ ਬਾਅਦ ਇੱਥੇ ਜਿੱਦਣ ਵੀ ਜਦੋਂ ਸਾਡੇ ਕਿਸਾਨ ਵੀਰ ਜ਼ਖਮੀ ਹੋਏ ਤਾਂ ਉਹਨਾਂ ਨੂੰ, ਤੁਸੀਂ ਵੀ ਨਾਲ ਸੀਗੇ, ਆਪਾਂ ਰਾਤ ਨੂੰ ਹੋਸਪਿਟਲ 11 ਵਜੇ ਉੱਥੇ ਪਹੁੰਚੇ, ਕਿਸੇ ਦਾ ਪ੍ਰਾਈਵੇਟ ਅਸੀਂ ਇਲਾਜ ਕਰਾਇਆ, ਜਿੰਨਾ ਵੀ ਸਾਡੀਆਂ ਪੂਰੀਆਂ ਟੀਮਾਂ ਲਾਤੀਆਂ, ਜਿੰਨਾ ਸਾਡੇ ਤੋਂ ਹੋ ਸਕਦਾ ਸੀ ਉਹ ਕੀਤਾ ਗਿਆ। ਇਹ ਤੋਂ ਇਲਾਵਾ ਜਿਹੜੇ ਕਿਸਾਨ ਆਗੂ ਸੀ ਡੱਲੇਵਾਲ ਸਾਹਿਬ, ਉਹ ਜ਼ਖਮੀ ਹੋਏ, ਉਹਨਾਂ ਦਾ ਪਤਾ ਲੈਣ ਲਈ ਮੈਂ ਅਤੇ ਰਾਜਾ ਵੜਿੰਗ ਹੋਣੀ ਗਏ 2 ਦਿਨ ਪਹਿਲਾਂ। ਪ੍ਰਤਾਪ ਬਾਜਵਾ ਸਾਰੇ ਜੋ ਸਾਡੇ ਲੀਡਰ ਆਫ ਓਪੋਜੀਸ਼ਨ ਨੇ ਉਹ ਪਟਿਆਲੇ ਰਜਿੰਦਰਾ ਹੋਸਪਿਟਲ 'ਚ ਗਏ ਕਿ ਡੇ ਟੂ ਡੇ ਅਸੀਂ ਜਿਹੜੇ ਕਿਸਾਨਾਂ ਦੇ ਨਾਲ ਖੜ੍ਹੇ ਹੈਗੇ ਹਾਂ, ਕਾਂਗਰਸ ਪਾਰਟੀ ਜਿਹੜੀ ਕਿਸਾਨਾਂ ਦੇ ਨਾਲ ਖੜ੍ਹੀ ਆ। ਅੱਜ ਪ੍ਰਦੇਸ਼ ਕਾਂਗਰਸ ਕਮੇਟੀ ਦਾ ਇੱਕ ਮੈਸੇਜ ਸੀ ਕਿ ਅਸੀਂ ਜਿਹੜਾ ਹੈ ਉਹ ਕਿਸਾਨਾਂ ਦੇ ਹੱਕ ਦੇ ਅੰਦਰ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਮਾਰਚ ਕਰੀਏ। ਸੋ ਇਹ ਮਾਰਚ ਜਿਹੜਾ ਹੈਗਾ, ਅੱਜ ਜਿਹੜਾ ਹੈਗਾ, ਤੁਸੀਂ ਇਹ ਦੇਖੋ ਕਿ ਕਿੱਡਾ ਵੱਡਾ, ਮੈਂ ਕਹਿੰਦਾ ਕਿ ਪੂਰੇ ਹਲਕੇ ਦੇ ਵਿੱਚੋਂ ਅੱਜ ਜਿਹੜੇ ਕਿਸਾਨ ਕਾਂਗਰਸ ਪਾਰਟੀ ਦੇ ਨਾਲ ਵੀ ਸੰਬੰਧਿਤ ਹੈਗੇ ਆ, ਉਹਨਾਂ ਦਾ ਕਿਸਾਨ
ਸਾਡੇ ਆ, ਸਾਡੇ ਬਹੁਤ ਲੋਕ ਉੱਥੇ ਬੈਠੇ ਆ, ਕੋਈ ਲੰਗਰ ਲਾ ਕੇ ਪੂਰੇ ਇਲਾਕੇ ਦੇ ਵਿੱਚੋਂ ਬੈਠਾ। ਅਸੀਂ ਜਿਵੇਂ ਜਿਵੇਂ ਸਾਨੂੰ ਆ ਕੇ ਕੋਈ ਕਹਿੰਦਾ ਉਵੇਂ ਉਵੇਂ ਅਸੀਂ ਮਦਦ ਕਰੀ ਜਾਂਦੇ ਹੈਗੇ ਹਾਂ। ਸੋ ਇਹ ਸਾਰਾ ਕੁਛ ਜਿਹੜਾ ਹੈ ਕਰਨ ਦੇ ਲਈ ਪ੍ਰੋਟੈਸਟ ਅੱਜ ਕਰ ਰਹੇ ਹਾਂ ਅਸੀਂ ਕਿ ਹਰਿਆਣਾ ਦੇ ਉਹ ਪੁਲਿਸ ਆਫਿਸਰ SP ਜੀਂਦ, SP ਅੰਬਾਲਾ, ਉਹਨਾਂ 'ਤੇ ਜਿਹੜਾ ਹੈਗਾ ਇਹ ਮੁਕੱਦਮੇ ਦਰਜ ਹੋਣੇ ਚਾਹੀਦੇ ਆ। ਸ਼ੁਭਕਰਨ ਦਾ ਕਤਲ ਖਡੌਰੀ ਬਾਰਡਰ 'ਤੇ ਹੋਇਆ, ਡੈਟ ਫਾਲਜਿਨ ਜੀਂਦ ਅਤੇ ਜੀਂਦ ਦੇ SP ਦੇ ਉੱਤੇ ਜਿਹੜਾ ਹੈਗਾ ਉਹਨੂੰ ਚੱਕ ਕੇ ਲੈ ਕੇ ਗਏ। ਤੁਸੀਂ ਦੇਖੋ ਕਿਵੇਂ ਪ੍ਰਿਤਪਾਲ ਨੂੰ ਲੈ ਕੇ ਗਏ, ਉਹਦੀਆਂ ਸਾਰਾ ਸਰੀਰ ਦੀਆਂ ਹੱਡੀਆਂ ਜਿਹੜੀਆਂ ਤੋੜਤੀਆਂ ਹੈਗੀਆਂ। ਅਤੇ ਮੈਂ ਉਹੀ ਤਾਂ ਅਸੀਂ ਕਹਿ ਰਹੇ ਹੈਗੇ ਹਾਂ ਕਿ ਆਪਣੀਆਂ ਮੰਗਾਂ ਦੀ ਖਾਤਰ ਵੀ ਇਸ ਦੇਸ਼ ਦੇ ਅੰਦਰ ਗੋਲੀਆਂ ਖਾਣੀਆਂ ਪੈ ਰਹੀਆਂ। ਤੁਸੀਂ ਵਿਦੇਸ਼ਾਂ ਦੇ ਵਿੱਚ ਦੇਖੋ ਜਦੋਂ ਕਿਸਾਨ ਕਿਤੇ ਵੀ ਪ੍ਰੋਟੈਸਟ ਕਰਦੇ ਆ ਜਾਂ ਆਮ ਲੋਕ ਕਰਦੇ ਹੈਗੇ ਆ, ਉਹਨਾਂ ਦੀ ਸੁਣਵਾਈ ਹੁੰਦੀ ਹੈ, ਪਰ ਇਸ ਮੁਲਕ ਦੇ ਅੰਦਰ ਕਿਉਂ ਨਹੀਂ ਸੁਣਵਾਈ ਹੁੰਦੀ ਜੀ? ਹੈ ਕੰਬੋਜ ਸਾਹਿਬ, ਪੰਜਾਬ ਸਰਕਾਰ ਦੇ ਵਤੀਰੇ ਨੂੰ ਕਿਵੇਂ ਦੇਖਦੇ ਹੋ? ਜਿੱਦਾਂ ਪਰਿਵਾਰ ਨੇ ਉਹਦੀ ਆਪਣਾ ਜਿਹੜੀ ਦੇਹ ਹੈ ਹਾਲੇ ਤੱਕ ਰੱਖੀ ਵੀ ਹੈ, ਅਤੇ ਹਰਿਆਣਾ ਸਰਕਾਰ ਵੱਲੋਂ ਇਹ ਤਰਕ ਦਿੱਤਾ ਜਾਂਦਾ ਹੈ ਕਿ ਇਹ ਹਰਿਆਣਾ ਦੇ ਅੰਦਰ ਆਏ ਸੀਗੇ, ਜਦਕਿ ਪੰਜਾਬ ਹਰਿਆਣਾ ਵੀ ਪੰਜਾਬ ਦਾ ਹੀ ਇੱਕ ਹਿੱਸਾ ਹੈ ਨਾ ਕਿ ਚਾਈਨਾ 'ਚ ਗਏ। ਦੇਖੋ, ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇੰਨੇ ਜ਼ਰੂਰ ਕਹਾਂਗੇ ਕਿ ਤੁਸੀਂ ਜੇ ਇਹ ਚਾਹੁੰਦੇ ਹਾਂ, ਜਿਵੇਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਅਤੇ 92 ਬੰਦੇ ਤੁਹਾਡੇ ਜਿਤਾ ਕੇ ਭੇਜਿਆ, ਅੱਜ 1 ਆਦਮੀ ਤੁਹਾਡਾ ਜਿਹੜਾ ਉਹ ਕਿਸਾਨਾਂ ਦੇ ਹੱਕ 'ਚ ਨਹੀਂ ਬੋਲ ਰਿਹਾ ਹੈਗਾ। ਤੁਸੀਂ ਵੀ ਗੱਲੀ ਬਾਤੀ ਲੋਕਾਂ ਦਾ ਢਿੱਡ ਭਰਨ 'ਤੇ ਲੱਗੇ ਹਾਂ, ਪਰ ਕੋਈ ਵੀ ਇੱਦਾਂ ਦਾ ਹੈ ਨਹੀਂ ਕਿ ਤੁਸੀਂ ਕੋਈ ਠੋਸ ਜਿਹੜਾ ਕਦਮ ਉਠਾਇਆ ਜਾਵੇ। ਤਾਂ ਤੁਹਾਨੂੰ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ, ਜਿਨ੍ਹਾਂ ਨੇ ਸਾਡੇ ਬੱਚਿਆਂ ਦੀਆਂ ਕਿਸੇ ਦੀਆਂ ਅੱਖਾਂ ਅੱਜ ਫੋੜਤੀਆਂ, ਕਿਸੇ ਦਾ ਸਰੀਰ ਦੇ ਉੱਤੇ ਗਨ ਸ਼ੋਟ ਮਾਰ ਮਾਰ ਕੇ ਬੈਠੇ ਆ, ਤਾਂ ਉਹਨਾਂ ਬੰਦਿਆਂ 'ਤੇ ਪਰਚੇ ਦਰਜ ਹੋਣੇ ਚਾਹੀਦੇ ਆ, ਜੇ SP ਅੰਬਾਲਾ 'ਤੇ ਜੇ SP ਜੀਂਦ ਦੇ ਉੱਤੇ। ਤਾਂ ਇਹ ਕਿਉਂ ਨਹੀਂ ਕਰਦੇ? ਕੀ ਡਰ ਹੈ ਇਹਨਾਂ ਨੂੰ? ਕਿਉਂ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ? ਕੰਬੋ ਸਾਹਿਬ, ਇੱਕ ਪਾਸੇ ਵੱਡੇ ਵੱਡੇ ਇਸ਼ਤਿਹਾਰ ਲਾਏ ਜਾਂਦੇ ਕਿ ਵੀ ਚਾਈਨਾ ਦਾ ਜਿਹੜੀ ਆਈਟਮ ਹੈ ਉਹਨੂੰ ਬੈਨ ਕੀਤਾ ਜਾਏ, ਇੰਡੀਆ 'ਚ ਉਹਨੂੰ ਯੂਜ਼ ਨਾ ਕੀਤਾ ਜਾਏ, ਅਤੇ ਹੰਝੂ ਗੈਸ ਦੇ ਗੋਲੇ ਜਿਹੜੇ ਹੈ ਮੇਡ ਇਨ ਚਾਈਨਾ, ਅਤੇ ਉਹਨਾਂ ਦੀ ਐਕਸਪਾਇਰੀ ਡੇਟ ਵੀ ਨਿਕਲ ਚੁੱਕੀ ਹੈ। ਮੈਂ ਉਹੀ ਤਾਂ ਤੁਹਾਨੂੰ ਕਹਿ ਰਿਹਾ, ਬਿਲਕੁਲ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ, ਕਿਉਂਕਿ ਸਮਝ ਨਹੀਂ ਆਉਂਦੀ ਕਿ ਅਸੀਂ ਵੀ ਜਦੋਂ ਸਟੂਡੈਂਟ ਲਹਿਰ ਦੇ ਅੰਦਰ ਮਤਲਬ ਐਜੀਟੇਸ਼ਨਾਂ ਕਰਦੇ ਸੀ ਉਦੋਂ ਵੀ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਸੀਗੇ, ਪਰ ਇੱਦਾਂ ਦੇ ਤਾਂ ਕਦੇ ਵਤੀਰਾ ਦੇਖਿਆ ਨਹੀਂ। ਇਹਦੇ 'ਚ ਕੀ ਕੈਮੀਕਲ ਪਾਇਆ ਹੋਇਆ ਕਿ ਤੁਸੀਂ ਇਹ ਦੇਖੋ ਅੱਖਾਂ ਖਰਾਬ ਹੋ ਗਈਆਂ, ਅਤੇ ਕੀ ਕੈਮੀਕਲ ਪਾਇਆ ਹੋਇਆ ਹੈਗਾ ਕੰਨਾਂ ਤੋਂ ਸੁਣਨਾ ਬੰਦ ਹੋ ਗਿਆ, ਅਤੇ ਤੁਸੀਂ ਇਹ ਦੇਖੋ ਵੀ ਕਿੰਨਾ ਨਾਲ ਦੀ ਨਾਲ ਹੀ ਜ਼ਖਮੀ ਹੋ ਜਾਂਦੇ ਆ ਅਤੇ ਸਾਹ ਪੁੱਟਣਾ ਬੰਦ ਹੋ ਜਾਂਦਾ ਹੈਗਾ। ਇਹ ਸਾਰਾ ਐਸਾ ਕੈਸਾ ਕੈਮੀਕਲ ਆ ਜਿਹੜਾ ਇਹ ਪਾਇਆ ਹੋਇਆ? ਅੱਜ ਕੰਬੋ ਸਾਹਿਬ, ਅੱਜ ਜਿਹੜੀ ਰੈਲੀ ਹੈ ਇਹ ਕਿੱਥੋਂ ਸਟਾਰਟ ਹੋਈ ਹੈ ਅਤੇ ਕਿੱਥੇ ਜਾ ਕੇ? ਇਹ ਅਸੀਂ ਇੱਥੋਂ ਸ਼ੁਰੂ ਕੀਤੀ ਹੈਗੀ ਆ, ਇਹ ਮੇਰਾ ਏਰੀਆ ਇੱਥੋਂ ਸ਼ੁਰੂ ਹੋ ਗਿਆ ਇਹ, ਅਤੇ ਆਪਣਾ ਜਨਸੂਈ ਤੋਂ, ਅਤੇ ਇੱਥੋਂ ਅਸੀਂ ਪੂਰੇ ਹਲਕੇ ਦੇ ਅੰਦਰ ਜਿਹੜਾ ਹੈਗਾ ਕਿਸਾਨਾਂ ਦੇ ਸਮਰਥਨ ਦੇ ਵਿੱਚ ਖੜ ਕੇ ਅਸੀਂ ਜਾਵਾਂਗੇ। ਤਾਂ ਜਿੰਨੀ ਜਿੰਨੀ ਸਾਡੀ ਡਿਊਟੀ ਪਹਿਲਾਂ ਵੀ ਉਹਨਾਂ ਨੇ ਲੀਡਰਸ਼ਿਪ ਨੇ ਲਾਈ ਆ, ਅਤੇ ਉਹ ਪਹਿਲਾਂ ਵੀ ਅਸੀਂ ਪੂਰੀ ਕਰਨ 'ਤੇ ਲੱਗੇ ਹਾਂ, ਆਉਣ ਵਾਲੇ ਸਮੇਂ 'ਚ ਵੀ ਜੋ ਵੀ ਸਾਡੀ ਕੋਈ ਡਿਊਟੀ ਕਿਸੇ ਤਰ੍ਹਾਂ ਦੀ ਵੀ ਲੱਗੇਗੀ, ਅਸੀਂ ਬਿਲਕੁਲ ਪੰਜਾਬ ਦੇ ਕਿਸਾਨਾਂ ਦੇ ਨਾਲ ਹਾਂ, ਸਾਡੇ ਬੱਚਿਆਂ। ਠੀਕ, ਧੰਨਵਾਦ। ਜਾਮ ਜ਼ਿਆਦਾ ਲੱਗ ਗਿਆ, ਚਲੋ ਚਲੋ, ਜਾਮ ਲੱਗ ਗਿਆ ਬਹੁਤ।